ਗਾਣੇ ਸਾਰੇ ਠੀਕ ਹੋਗੇ ਪਰਬ ਕਿਵੇਂ ਆ ਯੂ ਗੁੱਡ ਬ੍ਰੋ ਉਹ ਤੇਰੀ ਦੇਖ 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 ਉਹ ਲਾਡੀ ਇਹਨੂੰ ਬੰਨ ਹੋਏ ਅੱਛਾ ਕੱਲ੍ਹ ਲਾਡੀ ਦੇ ਗਾਣੇ ਦਾ ਸ਼ੂਟ ਹੋ ਗਿਆ ਜੀ ਬਹੁਤ ਵਧੀਆ ਸ਼ੂਟ ਹੋਇਆ ਇੱਕ ਦਿਨ ਦਾ ਸਾਡਾ ਇੱਕ ਦਿਨ ਦਾ ਰਹਿ ਗਿਆ ਕੱਲ੍ਹ ਨੂੰ ਮੇਰੇ ਅਗਲੇ ਗਾਣੇ ਦਾ ਸ਼ੂਟ ਹੋ ਰਿਹਾ ਅਤੇ ਉਦੋਂ ਬਾਅਦ ਇੱਕ ਹੋਰ ਗਾਣਾ ਲੈ ਕੇ ਆ ਰਿਹਾ ਜਿਹਦੀ ਡਿਟੇਲ ਤੁਹਾਨੂੰ ਪਰਸੋਂ ਨੂੰ ਦੇਵਾਂਗੇ ਸੋ ਗਾਇਸ ਸਟੇ ਟਿਊਨਡ ਮੈਨੂੰ 2-3 ਸਾਲ ਹੋ ਗਏ ਮੈਂ ਨਾ ਵੀ ਮਿਊਜ਼ਿਕ ਵੀਡੀਓਜ਼ ਕੀਤੀਆਂ ਨੇ ਅਤੇ ਫੋਕਸਿੰਗ ਔਨ ਅਦਰ ਥਿੰਗਸ ਪਰ ਲੋਕਡਾਊਨ ਕਰਕੇ ਇੰਨਾ ਕੰਟੈਂਟ ਬਣਾਇਆ ਫਰੀ ਟਾਈਮ 'ਚ ਇੰਨੀਆਂ ਚੀਜ਼ਾਂ ਸੋਚੀਆਂ ਸੋ ਆਮ ਰੀਅਲੀ ਐਕਸਾਈਟਡ ਲੋਕਡਾਊਨ ਤੋਂ ਵੈਸੇ ਪਹਿਲਾਂ ਹੀ ਮੈਂ ਸੋਚਿਆ ਸੀ ਮੈਂ ਵੀਡੀਓ ਕਰਨੀ ਹੈ ਡਾਇਰੈਕਟ ਕਰਨੀ ਹੈ ਵੀਡੀਓ ਸੋ ਉਹਨੂੰ ਅਸੀਂ ਹਾਏ ਤੋਂ ਸ਼ੂਟ ਕੀਤਾ ਸੀ ਛਪਰਾ ਦਾ ਨਿਊਯਾਰਕ ਜਾ ਕੇ ਐਂਡ ਇਟ ਟਰਨਡ ਆਊਟ ਅਮੇਜ਼ਿੰਗ ਆਈ ਥਿੰਕ ਇਹ ਗੱਲ ਮੈਂ ਬਹੁਤ ਕਦੇ ਬਹੁਤ ਰੇਅਰਲੀ ਹੀ ਗੱਲ ਕਹਿਣਾ ਹੁੰਦਾ ਨਹੀਂ ਤਾਂ ਮੈਂ ਸਾਨੂੰ ਇਹ ਕਹਿਣਾ ਕਿ ਮੈਂ ਯੂਨੋ ਆਈ ਹੋਪ ਕਿ ਤੁਹਾਨੂੰ ਗਾਣਾ ਵਧੀਆ ਲੱਗੇ ਪਰ ਛਪਰਾ ਦਾ ਜਿਹੜਾ ਅਸੀਂ ਗਾਣਾ ਸ਼ੂਟ ਕੀਤਾ ਹਾਏ ਤੋਂ ਇਟਸ ਰੀਅਲੀ ਸੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਜੇ ਮੈਂ ਤੁਹਾਨੂੰ ਕਹਿ ਰਿਹਾ ਸੀ ਬਿਕੋਜ਼ ਦੈਟ ਸਮਥਿੰਗ ਆਈ ਰੀਅਲੀ ਇੰਜੋਇਡ ਵਰਕਿੰਗ ਸੋ ਮੈਨੂੰ ਬਹੁਤ ਜ਼ਿਆਦਾ ਉਮੀਦ ਆ ਤੁਹਾਨੂੰ ਗਾਣਾ ਵਧੀਆ ਲੱਗੂਗਾ ਬਿਕੋਜ਼ ਇਟਸ ਵਨ ਆਫ ਮਾਈ ਫੇਵਰੇਟ ਵੀਡੀਓਜ਼ ਅਤੇ ਵਰਕ ਵਾਈਜ਼ ਹੈਵ ਡਨ ਆਈ ਓਨੈਸਟਲੀ ਬਿਲੀਵ ਇਨ ਦੈਟ ਸੌਂਗ ਪਲੱਸ ਜਿਹੜਾ ਅਗਲਾ ਮੇਰਾ ਗਾਣਾ ਆ ਰਿਹਾ ਮਹਾਰਾਜ ਉਹਦਾ ਜਮੀ ਬੈਸਟ ਚੀਜ਼ ਸੋਚੀ ਹੈ ਮੈਂ ਇਸ ਵਾਰੀ ਉਹ ਜਮੀ ਨਵੀਂ ਆਪਦੇ ਤੇਰੀ ਆਪੇ ਤੋਂ ਲੱਗ ਰਹੀ ਹੈ ਪਰ ਜਿਹੜਾ ਬੰਦਾ ਉਹ ਗਾਣਾ ਸੁਣੂਗਾ ਜਿਹਦੇ ਨਾਲ ਉਵੇਂ ਹੋਈ ਆ ਉਹ ਬੰਦਾ ਕਹੂਗਾ ਕਿ ਬੈਸਟ ਚੀਜ਼ ਹੈ ਕਿਉਂਕਿ ਉਸ ਚੀਜ਼ ਨੂੰ ਇਹ ਗਾਣੇ ਤੋਂ ਵਧੀਆ ਕੋਈ ਚੀਜ਼ ਕੋਈ ਬੰਦਾ ਨਹੀਂ ਐਕਸਪਲੇਨ ਕਰ ਸਕਦਾ ਉਹ ਚੀਜ਼ ਕੀ ਆ ਤੁਹਾਨੂੰ ਗਾਣੇ 'ਤੇ ਪਤਾ ਲੱਗ ਜਾਣੀ ਭਾਈ ਭਾਈ ਅਤੇ ਬਾਕੀ ਲਵ ਯੂ ਅਤੇ ਗਾਣਾ ਆ ਰਿਹਾ ਇੱਕ ਹੋਰ ਉਸ ਤੋਂ ਬਾਅਦ ਸੋ ਇਹ ਗਾਣੇ ਓਬਵੀਅਸਲੀ ਥੋੜ੍ਹੇ ਟਾਈਮ ਬਾਅਦ ਆਉਣਗੇ ਪਰ ਆਈ ਜਸਟ ਵਾਂਟਡ ਯੂ ਟੂ ਨੋ ਕਿ ਵਾਟਸ ਗੋਇੰਗ ਔਨ ਇਹ ਗਾਣਾ ਹੋਰ ਆ ਰਿਹਾ ਆਪਣਾ ਪਰਸੋਂ ਨੂੰ ਦੀ ਅਪਡੇਟ ਅਤੇ ਪਰਵ ਕਿੱਦਾਂ ਦੁੱਧ ਮਿਸ ਕੀਤਾ ਤੂੰ